ਮੈਂ ਸਿਮਰਜੀਤ ਸਿੰਘ ਮਾਨ, ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ, ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਜਿੱਠਾ ਰੱਖਾਂਗਾ। ਭਾਰਤ ਦੀ ਸਰਵ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਇਸ ਅਹੁਦੇ ਦੇ ਮੈਂ ਸੰਭਾਲਣ ਵਾਲਾ ਹਾਂ। ਉਸ ਦੇ ਕਰਤੱਵ ਨੂੰ ਸ਼ਰਧਾ ਪੂਰਵਕ ਨਿਭਾਵਾਂਗਾ। ਥੈਂਕ ਯੂ ਮਿਸਟਰ ਸਪੀਕਰ। ਮੈਂ ਸਿਮਰਜੀਤ ਸਿੰਘ ਮਾਨ, ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ, ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਜਿੱਠਾ ਰੱਖਾਂਗਾ। ਭਾਰਤ ਦੀ ਸਰਵ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਇਸ ਅਹੁਦੇ ਦੇ ਮੈਂ ਸੰਭਾਲਣ ਵਾਲਾ ਹਾਂ। ਉਸ ਦੇ ਕਰਤੱਵ ਨੂੰ ਸ਼ਰਧਾ ਪੂਰਵਕ ਨਿਭਾਵਾਂਗਾ। ਥੈਂਕ ਯੂ ਮਿਸਟਰ ਸਪੀਕਰ। ਮੈਂ ਸਿਮਰਜੀਤ ਸਿੰਘ ਮਾਨ, ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ, ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਜਿੱਠਾ ਰੱਖਾਂਗਾ। ਭਾਰਤ ਦੀ ਸਰਵ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਇਸ ਅਹੁਦੇ ਦੇ ਮੈਂ ਸੰਭਾਲਣ ਵਾਲਾ ਹਾਂ। ਉਸ ਦੇ ਕਰਤੱਵ ਨੂੰ ਸ਼ਰਧਾ ਪੂਰਵਕ ਨਿਭਾਵਾਂਗਾ। ਥੈਂਕ ਯੂ ਮਿਸਟਰ ਸਪੀਕਰ।
ਹੈ।